ਲੀਡਰਾਂ ਨੂੰ ਬਿਲਕੁਲ ਹੀ ਨਹੀਂ ਪਤਾ ਲੱਗਦਾ ਜੇ ਇਹਨਾਂ ਦੇ ਘਰ 'ਚ ਇਹੋ ਜਿਹੀ ਅੱਗ ਲੱਗੇ ਤਾਂ ਇਹਨਾਂ ਨੂੰ ਪਤਾ ਲੱਗੇ ਕਿਵੇਂ ਬੱਚੇ ਮਸ਼ਹੂਰ ਹੁੰਦੇ ਆ, ਕਿਵੇਂ ਭੈਣਾਂ ਦੇ ਵੀਰ ਮਰਦੇ, ਕਿਵੇਂ ਔਰਤਾਂ ਵਿਧਵਾ ਹੁੰਦੀਆਂ ਜਿਹੜੀਆਂ ਕੱਲ੍ਹ ਵਿਆਹੀਆਂ ਹੁੰਦੀਆਂ, ਤੂੜੇ ਨਹੀਂ ਅਜੇ ਉਹਨਾਂ ਦੇ ਹੱਥਾਂ 'ਚ ਲੱਥੇ ਹੁੰਦੇ ਆ, ਸਾਡੀਆਂ ਨੂੰਹਾਂ ਨੂੰ ਅਸੀਂ ਕੀ ਕਹੀਏ। ਸਾਨੂੰ ਇਹ ਕਹਿੰਦੀਆਂ ਕਿ ਮਾਵਾਂ ਨੇ ਆਹ ਨਸ਼ੇੜੀ ਪੁੱਤ ਜੰਮਿਆ, ਸਾਨੂੰ ਵੀ ਇਹ ਉਲਾਂਭਾ ਸਾਡੇ ਮਰਨ ਤੱਕ ਹੀ ਉਲਾਂਭਾ ਰਹਿਣਾ ਇਹ। ਚਲੋ ਜੇ ਪੋਸਤ ਦੀ ਖੇਤੀ ਨਹੀਂ ਕਰਨ ਦੇਣੀ ਤਾਂ ਠੇਕੇ ਹੀ ਖੋਲ੍ਹ ਦਿਓ, ਇਹ ਮਰਨ ਤਾਂ ਨਾ, ਅਸੀਂ ਖੁਦ ਲੈ ਕੇ ਦੇਵਾਂਗੇ ਠੇਕਿਆਂ ਤੋਂ ਪੋਸਤ ਫੀਮ ਉਹਨਾਂ ਨੂੰ, ਇਹ ਜਿਉਂਦੇ ਤਾਂ ਰਹਿ ਜਾਣਾ, ਸਾਡੀਆਂ ਨਸਲਾਂ ਤਾਂ ਨਾ ਖਰਾਬ ਹੋਣ, ਅਸੀਂ ਬਿਲਕੁਲ ਹੀ ਲੁੱਟਿਆ ਪੱਟਿਆ ਗਿਆ। ਪੰਜਾਬ ਜੀ ਦੇ ਘਰ 'ਚ ਅੱਗ ਲੱਗੀ ਆ, ਉਹਨੂੰ ਪੁੱਛ ਕੇ ਵੇਖੋ, ਲੋਕੋ ਉਹਨੂੰ ਪੁੱਛ ਕੇ ਵੇਖੋ, ਅੱਜ ਸਾਡੇ ਘਰ ਅੱਗ ਲੱਗੀ ਆ, ਅਸੀਂ ਮਰੇ ਹਾਂ, ਅਸੀਂ ਜਿਉਂਦੇ ਨਹੀਂ, ਸਾਡਾ ਕੋਈ ਹਾਲ ਨਹੀਂ, ਸਾਡਾ ਕੋਈ ਓਹਲਾ ਨਹੀਂ, ਸਾਨੂੰ ਜਿਹੜੇ ਜਿਉਂਦੇ ਉਹ ਤਾਂ ਸਾਡੇ ਜਿਉਂਦੇ ਰਹਿ ਜਾਣਾ, ਜੇ ਨਸ਼ਾ ਬੰਦ ਹੋ ਜਾਵੇ ਸਾਡਾ ਕੋਈ ਹਾਲ ਨਹੀਂ। CID ਤੁਹਾਡੀਆਂ ਇੰਨੀਆਂ, CBI, ED ਆ ਫਲਾਨੀਆਂ ਅਤੇ ਮੁੱਕੀ ਆ, ਬਾਹਰ ਏਜੰਸੀਆਂ ਬਣਾਈਆਂ ਤੁਹਾਡੀਆਂ, ਪਹਿਲਾਂ ਹੀ ਦੱਸ ਦਿੰਦੇ ਫਲਾਨਾ ਦੇਸ਼ ਹਮਲਾ ਕਰੂਗਾ, ਅੱਜ ਇੰਨੇ ਅੱਤਵਾਦੀ ਆ ਗਏ, ਉਹ ਆ ਗਏ ਅਤੇ ਹੱਥ ਉੱਥੋਂ ਆਹ ਨਹੀਂ ਫੜੇ ਜਾਂਦੇ ਜਿਹੜੇ ਘਰ ਘਰ ਨਸ਼ਾ ਵੇਚਦੇ ਆ। ਮੈਂ ਜੀ ਲੜਕੇ ਦੀ ਤਾਂ ਹੀ ਹਾਂ, ਮੇਰਾ ਨਾਮ ਕਰਨੈਲ ਕੌਰ, ਪਿੰਡ ਖੋਖਰ ਆ ਸਾਡਾ, ਅਤੇ ਅਸੀਂ ਲੜਕਾ ਦਾ ਨਾਂ ਹਰਭਜਨ ਸਿੰਘ ਹੈ ਅਤੇ ਉਹਦੇ ਪਿਤਾ ਦਾ ਨਾਂ ਬੂਟਾ ਸਿੰਘ ਹੈ। ਗਿਆਨੀ ਧਿਆਨੀ ਸੀ, ਪਾਠ ਕਰਦੇ ਸੀ ਫਾਦਰ ਵੀ, ਪਰ ਬੱਚੇ ਹੁਣ ਠੀਕ ਸੀ, ਬੱਚਾ ਬਹੁਤ ਕਬੱਡੀ ਦਾ ਖਿਡਾਰੀ ਸੀਗਾ, ਗਰੀਬ ਪਰਿਵਾਰ ਸੀ ਸਾਡਾ, ਜ਼ਮੀਨਾਂ ਵੰਡੀਆਂ ਵੰਡਾਈਆਂ ਥੋੜ੍ਹੀਆਂ ਰਹਿ ਜਾਂਦੀਆਂ, ਪਰ ਫਿਰ ਵੀ ਅਸੀਂ ਸੌਖਾ ਗੁਜ਼ਾਰਾ ਕਰ ਲੈਂਦੇ ਸੀ। ਕਈ ਸਾਡੇ ਪਰਿਵਾਰ 'ਚੋਂ ਕਈ ਮੈਂਬਰ ਸਰਕਾਰੀ ਜੋਬ 'ਤੇ ਸੀਗੇ, ਇਹ ਮੁੰਡਾ ਵੀ ਮਾਰਕੀਟ ਕਮੇਟੀ 'ਚ ਜੋਬ ਕਰਦਾ ਸੀ, ਬਹੁਤ ਹੀ ਅੱਛਾ ਮੁੰਡਾ ਸੀ, ਸਮਾਜ ਸੇਵੀ ਸੀ, ਖਿਡਾਰੀ ਸੀ, ਪਰ ਕੁਝ ਟਾਈਮ ਤੋਂ ਇਹ ਥੋੜ੍ਹਾ ਜਿਹਾ ਆਪਦੀ ਲਾਈਨ ਤੋਂ ਉੱਖੜ ਗਿਆ ਸੀ, ਹੁਣ ਬਿਲਕੁਲ ਠੀਕ ਸੀ ਇਹ ਕੁਛ ਚਿਰ ਤੋਂ, ਅਤੇ ਪਰ ਪਤਾ ਨਹੀਂ ਕੱਲ੍ਹ ਕੀ ਭਾਣਾ ਵਾਪਰਿਆ ਹੈ। ਤਾਂ ਰਾਤ ਫੋਨ ਆਇਆ ਉਹਦੀ ਮਦਰ ਨੂੰ 8 ਵਜੇ ਵੀ ਉਹਦੇ ਮੂੰਹ 'ਚੋਂ ਝੱਗ ਡਿੱਗੀ ਜਾਂਦੀ, ਉਹ ਕਿਤੇ ਡਿੱਗਿਆ ਪਿਆ। ਦੋ ਲੜਕੇ ਹੋਰ ਆ ਸਾਡੇ ਪਿੰਡ ਦੇ, ਪਤਾ ਉਹਨਾਂ ਦਾ ਲੱਗ ਗਿਆ, ਪੁਲਿਸ ਉਹਨਾਂ ਨੂੰ ਲੈ ਗਈ ਹੈ। ਪਰ ਪਹਿਲਾਂ ਚਿੱਟਾ ਲਾਉਂਦਾ ਸੀਗਾ ਜੀ, ਪਹਿਲਾਂ ਕਿਤੇ ਮਾੜੀ ਮੋਟੀ ਗਲਤੀ ਕੀਤੀ ਹੋਊ, ਪਰ ਹੁਣ ਠੀਕ ਸੀ। ਹੁਣ ਸਾਨੂੰ ਇਹ ਸ਼ੱਕ ਹੀ ਆ ਵੀ ਕਿਤੇ ਉਹ ਤੋਂ ਗਲਤੀ ਹੋ ਗਈ ਜਾਂ ਨਾਲ ਦੇ ਨੇ ਉਹਨੂੰ ਕਨਵਿੰਸ ਕੀਤਾ ਜਾਂ ਫੋਰਸ ਕੀਤਾ, ਕੁਛ ਵੀ ਕੀਤਾ, ਤਾਂ ਉਹ ਤੋਂ ਇਹ ਗਲਤੀ ਹੋ ਗਈ ਹੋਊ, ਚੰਗਾ ਭਲਾ ਉਹ ਠੀਕ ਠਾਕ ਘਰੋਂ ਗਿਆ ਹੈ। ਕਿੰਨੇ ਬੱਚੇ? ਉਹਦੇ 2 ਬੱਚੇ ਆ ਵਿਚਾਰੀ, ਉਹ ਬਹੁਤ ਛੋਟੀ ਉਮਰ ਦੀ ਉਹਦੇ ਘਰ ਵਾਲੀ ਲੜਕੀ ਉਹ, ਅਤੇ ਇੱਕ ਬੱਚਾ ਹੈ ਉਹਦਾ 9 ਸਾਲ ਦਾ ਲੜਕਾ ਹੈ ਅਤੇ 7 ਸਾਲ ਦੀ ਉਹਦੀ ਲੜਕੀ ਹੈ। ਪਰ ਇਹ ਬਹੁਤ ਧੱਕਾ ਹੋਇਆ, ਸਾਡੇ ਨੌਜਵਾਨ ਆਏ ਤੁਰੀ ਜਾਂਦੇ ਆ, ਅਸੀਂ ਸਾਡਾ ਪੰਜਾਬ ਵਸੂਗਾ ਕਿਹੜੇ ਮਤਲਬ ਆਸਰੇ ਦੇ, ਕੁਛ ਬਾਹਰ ਤੁਰੀ ਜਾਂਦੇ ਆ, ਕੁਛ ਐਂ ਮਰੀ ਜਾਂਦੇ। ਚਲੋ ਸਰਕਾਰ ਤੋਂ ਇਹੀ ਮੰਗ ਆ ਵੀ ਜਿਹੜੀਆਂ ਇੰਨੀਆਂ ਸਮਾਜਿਕ ਬੁਰਾਈਆਂ, ਖਾਸ ਤੌਰ 'ਤੇ ਚਿੱਟਾ ਅਤੇ ਇਹ ਨਸ਼ੇ ਆ, ਇਹਨਾਂ ਨੂੰ ਕੋਈ ਤਾਂ ਠੱਲ ਪਾਵੇ। ਅਸੀਂ ਚਾਹੁੰਦੇ ਸੀਗੇ ਆਪ ਸਰਕਾਰ ਆ ਗਈ ਆ, ਜਿੱਦੇ ਭਗਵੰਤ ਮਾਨ ਸਹੁੰ ਚੁੱਕੂਗਾ ਉਸੇ ਦਿਨ ਹੀ ਨਸ਼ਾ ਬੰਦ ਹੋ ਜੂਗਾ। ਅਸੀਂ ਇਸ ਦਿਨ ਨੂੰ ਉਡੀਕਦੀਆਂ ਸੀ ਮਾਵਾਂ, ਅਤੇ ਜਿਹੜੀਆਂ ਉਹਨਾਂ ਦੇ ਘਰਾਂ ਵਾਲੀਆਂ ਨੌਜਵਾਨ ਵਿਧਵਾ ਹੋਈ ਜਾਂਦੀਆਂ, ਅਸੀਂ ਉਹਨਾਂ ਦਾ ਕੀ ਕਰੀਏ ਦੱਸੋ, ਸਮਾਜ ਦੇ ਵਿੱਚ ਅਸੀਂ ਕਿਵੇਂ ਜਿਉਈਏ। ਪਹਿਲਾਂ ਹੀ ਅਸੀਂ ਸ਼ਰਮ ਨਾਲ ਜਿਉਂਦੇ ਨਹੀਂ ਸੀ, ਜਦੋਂ ਸਾਡੇ ਮੁੰਡੇ ਕੋਈ ਨਸ਼ਾ ਕਰਦੇ ਸੀ ਬੱਚੇ, ਇਹ ਜੇ ਹੀਰਿਆਂ ਵਰਗੇ ਬੱਚੇ ਸਾਡੇ ਨਸ਼ੇ ਦੇ ਦੈਂਤ ਨੇ ਖਾ ਲਏ। ਕੋਈ ਖਿਡਾਰੀ ਸੀ, ਕੋਈ ਪੜ੍ਹਨ 'ਚ ਸੀਗਾ ਇੰਨਾ ਇੰਟੈਲੀਜੈਂਟ, ਸੁਪਰ ਇੰਟੈਲੀਜੈਂਟ, ਹੁਣ ਹਰੇਕ ਪਿੰਡ ਦੇ ਵਿੱਚ ਨਸ਼ਾ ਪ੍ਰਧਾਨ ਆ, ਕਿਸੇ ਗਲੀ 'ਚੋਂ ਲੈ ਲਓ, ਕਿਤੋਂ ਲੈ ਲਓ, ਵੇਚਣ ਵਾਲਿਆਂ ਨੂੰ ਕੋਈ ਨੱਥ ਨਹੀਂ ਪੈ ਰਹੀ, ਕੋਈ ਪੁਲਿਸ ਨਹੀਂ ਕੁਛ ਕਰ ਰਹੀ। ਜੇ ਪੁਲਿਸ ਨੇ ਜਾਂ ਸਰਕਾਰ ਨੇ ਕੁਛ ਕਰਨਾ ਹੀ ਨਹੀਂ ਤਾਂ ਛੱਡ ਦਿਓ ਸਾਰਾ ਕੁਛ, ਕੋਈ ਵਿਦੇਸ਼ੀ ਆ ਕੇ ਇੱਥੇ ਕਬਜ਼ਾ ਕਰ ਲੂਗਾ ਇੰਡੀਆ 'ਤੇ, ਪੰਜਾਬ 'ਤੇ, ਸਾਰਾ ਕੁਛ ਠੀਕ ਹੋ ਜੂਗਾ, ਅਸੀਂ ਉਹਨਾਂ ਦੇ ਗੁਲਾਮ ਹੋ ਜਾਵਾਂਗੇ, ਫਿਰ ਕਿਸੇ ਨੂੰ ਚੂਕ ਵੀ ਨਹੀਂ ਕੱਢਣ ਦੇਣੀ। ਲੀਡਰਾਂ ਨੂੰ ਬਿਲਕੁਲ ਹੀ ਨਹੀਂ ਪਤਾ ਲੱਗਦਾ, ਜੇ ਇਹਨਾਂ ਦੇ ਘਰ 'ਚ ਇਹੋ ਜਿਹੀ ਅੱਗ ਲੱਗੇ ਤਾਂ ਇਹਨਾਂ ਨੂੰ ਪਤਾ ਲੱਗੇ ਕਿਵੇਂ ਬੱਚੇ ਮਸ਼ਹੂਰ ਹੁੰਦੀਆਂ, ਕਿਵੇਂ ਭੈਣਾਂ ਦੇ ਵੀਰ ਮਰਦੇ, ਕਿਵੇਂ ਔਰਤਾਂ ਵਿਧਵਾ ਹੁੰਦੀਆਂ ਜਿਹੜੀਆਂ ਕੱਲ੍ਹ ਵਿਆਹੀਆਂ ਹੁੰਦੀਆਂ, ਚੂੜੇ ਨਹੀਂ ਅਜੇ ਉਹਨਾਂ ਦੇ ਹੱਥਾਂ 'ਚੋਂ ਲੱਥੇ ਹੁੰਦੇ ਆ, ਸਾਡੀਆਂ ਨੂੰਹਾਂ ਨੂੰ ਅਸੀਂ ਕੀ ਕਹੀਏ। ਸਾਨੂੰ ਇਹ ਕਹਿੰਦੀਆਂ ਕਿ ਮਾਵਾਂ ਨੇ ਆਹ ਨਸ਼ੇੜੀ ਪੁੱਤ ਜੰਮਿਆ, ਸਾਨੂੰ ਵੀ ਇਹ ਉਲਾਂਭਾ ਸਾਡੇ ਮਰਨ ਤੱਕ ਹੀ ਉਲਾਂਭਾ ਰਹਿਣਾ ਇਹ। ਇਹ ਪੰਜਾਬ 'ਚੋਂ ਜਿਹੜਾ ਇਹ ਦਾਗ ਹੈ ਇਹ ਧੋਤਾ ਨਹੀਂ ਜਾਣਾ, ਜੇ ਸਰਕਾਰਾਂ ਹਜੇ ਵੀ ਭਗਵੰਤ ਮਾਨ ਜਾਂ ਸਾਡੇ ਜਿਹੜੇ ਮੰਤਰੀ ਸੰਤਰੀ ਬਣੇ ਫਿਰਦੇ, ਸਾਡੇ ਇਲਾਕੇ ਦੇ MLA ਆ ਜਾਂ ਪਿੰਡਾਂ ਦੇ ਮੋਹਤਬਾਰ ਆ, ਉਹ ਕੀ ਕਹਿੰਦੇ ਆ ਇਸ ਬੁਰਾਈ ਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਕਿਉਂ ਨਹੀਂ ਆਵਾਜ਼ ਉਠਾਉਂਦੇ ਲੋਕ, ਕਿਉਂ ਨਹੀਂ ਔਰਤਾਂ ਉੱਠਦੀਆਂ, ਕਿਉਂ ਨਹੀਂ ਗਲੀ ਗਲੀ ਹੋਕਾ ਦਿੰਦੇ ਵੀ ਇਹ ਨਸ਼ੇ ਦਾ ਦੈਂਤ ਹੈ, ਇਹ ਜੇ ਸਾਡੇ ਨੌਜਵਾਨਾਂ ਨੂੰ ਖਾ ਰਿਹਾ। ਇੱਥੋਂ ਤੱਕ ਕਿ ਫੇਸਬੁੱਕ 'ਤੇ ਵੇਖੀਦਾ ਜਾਂ ਯੂਟਿਊਬ 'ਤੇ ਕੁੜੀਆਂ ਵੀ ਇਹਦਾ ਸ਼ਿਕਾਰ ਹੋ ਗਈਆਂ, ਯੂਨੀਵਰਸਿਟੀਆਂ ਦੇ ਵਿੱਚ ਇਹ ਪ੍ਰਧਾਨ ਹੋ ਗਿਆ, ਹੋਰ ਵੇਖੋ ਕਿਤੇ ਕਿੱਥੇ। ਚਲੋ ਜੇ ਪੋਸਤ ਦੀ ਖੇਤੀ ਨਹੀਂ ਕਰਨ ਦੇਣੀ ਤਾਂ ਠੇਕੇ ਹੀ ਖੋਲ੍ਹ ਦਿਓ, ਇਹ ਮਰਨ ਤਾਂ ਨਾ, ਅਸੀਂ ਖੁਦ ਲੈ ਕੇ ਦੇਵਾਂਗੇ ਠੇਕਿਆਂ ਤੋਂ ਪੋਸਤ ਫੀਮ ਇਹਨਾਂ ਨੂੰ, ਇਹ ਜਿਉਂਦੇ ਤਾਂ ਰਹਿ ਜਾਣਾ, ਸਾਡੀਆਂ ਨਸਲਾਂ ਤਾਂ ਨਾ ਖਰਾਬ ਹੋਣ, ਅਸੀਂ ਬਿਲਕੁਲ ਹੀ ਲੁੱਟਿਆ ਪੱਟਿਆ ਗਿਆ। ਪੰਜਾਬ ਜੀ ਦੇ ਘਰ 'ਚ ਅੱਗ ਲੱਗੀ ਆ, ਉਹਨੂੰ ਪੁੱਛ ਕੇ ਵੇਖੋ, ਲੋਕੋ ਉਹਨੂੰ ਪੁੱਛ ਕੇ ਵੇਖੋ, ਅੱਜ ਸਾਡੇ ਘਰ ਅੱਗ ਲੱਗੀ ਆ, ਅਸੀਂ ਮਰੇ ਹਾਂ, ਅਸੀਂ ਜਿਉਂਦੇ ਨਹੀਂ। ਅਸੀਂ ਨੇਤੀ ਜਿਉਂਦੇ ਸੀ ਜਦੋਂ ਸਾਡੇ ਮਰ ਜਾਂਦੇ ਸੀ, ਅਸੀਂ ਜਦੋਂ ਸਾਡੇ ਬੱਚੇ ਨਸ਼ਾ ਕਰਨ ਜਾਂਦੇ, ਜਦੋਂ ਆ ਜਾਂਦੇ ਉਦੋਂ ਅਸੀਂ ਜਿਉਂਦੇ ਹੋ ਜਾਂਦੇ, ਸਾਡਾ ਕੋਈ ਹਾਲ ਨਹੀਂ, ਸਾਡਾ ਕੋਈ ਓਹਲਾ ਨਹੀਂ, ਸਾਨੂੰ ਜਿਹੜੇ ਜਿਉਂਦੇ ਉਹ ਤਾਂ ਸਾਡੇ ਜਿਉਂਦੇ ਰਹਿ ਜਾਣਾ।
ਜੇ ਨਸ਼ਾ ਬੰਦ ਹੋ ਜਾਵੇ ਸਾਡਾ ਕੋਈ ਹਾਲ ਨਹੀਂ। ਸਾਡੀ ਪੰਜਾਬ ਸਰਕਾਰ ਨੂੰ ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਆਪਦੀ ਸਿਆਸਤ ਮਗਰ ਨਾ ਜਾਓ, ਕੁਰਸੀਆਂ ਮਗਰ ਨਾ ਜਾਓ। ਇਹ ਭਾਣਾ ਬਹੁਤ ਆ, ਇਹ ਮਨੁੱਖਤਾ ਦਾ ਜਿਹੜਾ ਪਾਪ ਆ, ਇਹ ਮੁੰਡੇ ਨੌਜਵਾਨ ਮਰਦੇ, ਇਹਨਾਂ ਲੀਡਰਾਂ ਨੂੰ ਲੱਗੂਗਾ, ਇਹਨਾਂ ਇਸ ਪ੍ਰਸ਼ਾਸਨ ਨੂੰ ਲੱਗੂਗਾ, ਜਿਹੜੇ ਉਹਨਾਂ ਦੀਆਂ ਛਾਤੀਆਂ 'ਤੇ ਪੈਰ ਧਰ ਕੇ ਰਿਸ਼ਵਤ ਲੈਂਦੇ ਆ, ਕੁਛ ਨਹੀਂ ਕਰਦੇ। ਅਸੀਂ ਥਾਣਿਆਂ 'ਚ ਜਾ ਥੱਕ ਕੇ ਸਾਨੂੰ ਕਹਿੰਦੇ ਪਰੂਫ ਦਿਓ, ਪਰੂਫ ਦਿਓ, ਪਰੂਫ। ਅਸੀਂ ਕੀ ਦੇ ਦਈਏ? ਸਾਤੋਂ ਪੈਸੇ ਲੈ ਜਾਂਦੇ, ਸੂਈਆਂ ਘਬੋ ਲੈਂਦੇ, ਗੋਲੀਆਂ ਖਾ ਲੈਂਦੇ, ਅਸੀਂ ਕੀ ਪਰੂਫ ਦੇ ਦਈਏ ਜੇ ਉਹਨਾਂ ਦੇ ਢਿੱਡ 'ਚ ਪਾਏ ਨਸ਼ੇ ਦਾ? ਜਿਹੜੇ ਵੇਚਣ ਵਾਲੇ ਕਿਤੇ ਉਹ ਗੁੱਝੇ ਨਹੀਂ। ਸੀਆਈਡੀਆਂ ਤੁਹਾਡੀਆਂ ਇੰਨੀਆਂ, CBI, ED ਆ, ਫਲਾਨੀ ਆ, ਧਮਕੀ ਆ, ਬਾਹਰ ਏਜੰਸੀਆਂ ਬਣਾਈਆਂ ਤੁਹਾਡੀਆਂ, ਪਹਿਲਾਂ ਹੀ ਦੱਸ ਦਿੰਦੇ ਫਲਾਨਾ ਦੇਸ਼ ਹਮਲਾ ਕਰੂਗਾ, ਅੱਜ ਇੰਨੇ ਅੱਤਵਾਦੀ ਆ ਗਏ, ਉਹ ਆ ਗਏ, ਅਤੇ ਆਹ ਥੋਥੋ ਆਹ ਨਹੀਂ ਫੜੇ ਜਾਂਦੇ ਜਿਹੜੇ ਘਰ ਘਰ ਨਸ਼ਾ ਵੇਚਦੇ ਆ? ਆਪਣੇ ਪਿੰਡ 'ਚ ਵੀ ਹੈਗੇ ਕੁਛ ਨਸ਼ਾ? ਪਿੰਡ 'ਚ ਸਾਡੇ ਨਸ਼ਾ ਬਹੁਤ ਵਿਕਦਾ, ਉਹਦੇ 'ਤੇ ਪਰਚਾ ਵੀ ਹੋਇਆ, ਪਰ ਉਹ ਨਹੀਂ ਹਟਿਆ। ਇਹ ਪਿੰਡ ਦਾ ਹੀ ਨਸ਼ਾ ਸਾਡੇ ਨੇੜੇ ਪਿੰਡਾਂ 'ਚ ਜਾਂਦਾ, ਉਹੀ ਸਾਡੇ ਮੁੰਡੇ ਲੈਂਦੇ ਆ। ਹੁਣ ਝੁੱਗੀ ਝੌਂਪੜੀਆਂ ਵਾਲੇ ਵੀ ਇਹ ਕੁਛ ਕਰਨ ਲੱਗ ਗਏ, 2 ਨੰਬਰ ਦਾ ਨਸ਼ਾ ਵੀ ਚੱਲਣ ਲੱਗ ਗਿਆ, ਆ ਤਾਂ ਹੀ ਸਾਡੇ ਪੁੱਤ ਮਰੀ। ਪ੍ਰਸ਼ਾਸਨ ਤੋਂ ਕੀ ਮੰਗ? ਪ੍ਰਸ਼ਾਸਨ ਤੋਂ ਇਹ ਹੀ ਆ ਜਿਹੜੀਆਂ ਮੈਂ ਦੁਹਾਈਆਂ ਦੇਈ ਜਾਂਦੀ ਹਾਂ, ਪ੍ਰਸ਼ਾਸਨ ਤੋਂ ਮੰਗ ਹੀ ਆ। ਕੀ ਕਰਨੇ ਆ ਅਸੀਂ DC, ਸਾਨੂੰ ਕੀ ਫਾਇਦਾ ਜਿਹਨਾਂ ਦੇ ਪੁੱਤ ਅਤੇ ਘਰ ਵਾਲੇ ਅਤੇ ਭਰਾ ਮਰ ਗਏ? ਅਸੀਂ ਕੀ ਇਹਨਾਂ ਸਰਕਾਰਾਂ ਤੋਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ? ਸਵਾਹ ਦੀ ਮੰਗ ਵੀ ਨਹੀਂ ਕਰਦੀਆਂ ਅਸੀਂ ਤਾਂ, ਜਦੋਂ ਸਾਡੇ ਪੁੱਤ ਮਰ ਗਏ। ਅੱਜ ਸਾਡੇ ਘਰ ਅੱਗ ਲੱਗੀ ਆ, ਸਾਨੂੰ ਕੋਈ ਪੁੱਛ ਕੇ ਵੇਖੇ? ਜਿੱਦੇ ਕਿਸੇ ਦਾ ਆਪਦਾ ਮਰੇ ਨਾ, ਇਸ ਤਰ੍ਹਾਂ ਟੀਕਾ ਲਾ ਕੇ ਤਾਂ ਸਰਿੰਜ ਉਹਦੇ ਵਿੱਚ ਹੋਵੇ ਇਹਨਾਂ ਲੀਡਰਾਂ ਦਾ, ਅਤੇ ਉਹਦੀ ਅਨਾਊਂਸਮੈਂਟ ਹੋ ਜਾਵੇ ਸਾਰੇ ਇੰਡੀਆ 'ਚ, ਪੰਜਾਬ 'ਚ, ਤਾਂ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਆਹ ਹੈ। ਇਹ ਥੋੜ੍ਹੇ ਜਿਹੇ ਮੁਨਾਫਿਆਂ ਪਿੱਛੇ ਆ, ਜਿਹੜਾ ਘਰ ਘਰ ਵਿੱਚ ਦਾ ਪਰਚੂਨ ਵਿਕਦਾ ਨਸ਼ਾ, ਇਹ ਥੋੜ੍ਹੇ ਜਿਹੇ ਮੁਨਾਫੇ ਪਿੱਛੇ ਹੀ ਕੀ ਕੁਛ ਜਾਨਾਂ ਲਈ ਜਾਂਦੇ ਆ। ਕੀ ਕਰਨਾ? ਇਹ ਆਪਦੀ ਘੱਟ ਖਰਚਾ ਕਰ ਲੈਣ, ਦਿਹਾੜੀ ਕਰਕੇ ਖਾ ਲੈਣ। ਅਸੀਂ ਤਾਂ ਆਪ ਕਹਿੰਦੇ ਸਾਡੇ ਵੀ ਜੋ ਵੀ ਬੱਚਾ ਨਸ਼ਾ ਕਰਦਾ, ਕਿਵੇਂ ਸੈਂਟਰ ਭਰੇ ਪਏ ਆ, ਆਏ ਰਾਜਸਥਾਨ ਦੇ ਸੈਂਟਰ ਭਰੇ ਪਏ, ਉੱਥੇ ਆ ਕੇ 5-5 ਕਿਲੋ ਪਾਣੀ ਮਿਲਦਾ। ਸਾਡੇ ਨੌਜਵਾਨ ਜਿਹੜੇ ਨਹਿਰਾਂ 'ਚ ਅਤੇ ਸਮੁੰਦਰਾਂ 'ਚ ਤਾਰੀਆਂ ਲਾਉਂਦੇ ਸੀਗੇ, ਤਰਨ ਜਾਣਦੇ ਸੀ, ਉਹ 5-5 ਕਿਲੋ ਪਾਣੀ 'ਤੇ ਬੈਠੇ ਆ ਅੱਜ। ਪੰਜਾਬ ਦੇ ਨੌਜਵਾਨ ਰਾਜਸਥਾਨ ਦੇ ਸੈਂਟਰਾਂ 'ਚ ਗਲੀ ਜਾਂਦੇ, ਕੁਛ ਜੇਲ੍ਹਾਂ 'ਚ ਗਲੀ ਜਾਂਦੇ ਆ। ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਦਾ ਕੋਈ ਸਾਥ ਨਹੀਂ ਦਿੰਦਾ। ਮੈਂ ਸਮਾਜ ਨੂੰ ਇਹੋ ਹੀ ਕਹਿੰਦੀ ਹਾਂ, ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਤਾਂ ਅਸੀਂ ਨਾ ਕੁਛ ਵੀ ਨਹੀਂ ਮੰਗਦੇ ਆ, ਦੁਹਾਈਆਂ ਸਾਡੀਆਂ ਜੇ ਉਹਨਾਂ ਨੇ ਸੁਣਨੀਆਂ ਤਾਂ ਸੁਣ ਲੈਣ। ਮੈਂ ਸਮਾਜ ਦੇ ਲੋਕਾਂ ਨੂੰ ਕਹਿੰਦੀ ਹਾਂ, ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਹਾਂ ਵੀ ਤੁਸੀਂ ਆਪਦਾ ਆਪ ਸੰਭਾਲੋ, ਆਪਦਾ ਸਮਾਜ ਸੰਭਾਲੋ, ਆਪਦੇ ਬੱਚੇ ਸੰਭਾਲ ਲਓ। ਕਿਵੇਂ ਸੰਭਾਲੋਗੇ? ਤੁਸੀਂ ਇੱਕਜੁੱਟ ਹੋਵੋ। ਜਿੰਨੀਆਂ ਵੀ ਬੁਰਾਈਆਂ ਸਮਾਜ ਦੇ ਵਿੱਚ, ਨਸ਼ਾ ਹੈ, ਕੋਈ ਹੋਰ ਹੈ, ਤੁਸੀਂ ਉਹਨਾਂ ਦੇ ਵਿਰੁੱਧ ਆਵਾਜ਼ ਉਠਾਓ। ਤੁਸੀਂ ਗਲੀ ਗਲੀ ਤੁਰੋ, ਤੁਸੀਂ ਝੰਡੇ ਲੈ ਕੇ ਤੁਰੋ, ਤੁਸੀਂ ਪਿੱਟ ਸਿਆਪੇ ਕਰੋ। ਬਿਲਕੁਲ, ਜੇ ਪਿੰਡ ਪੱਧਰ ਤੇ ਕੋਈ ਵੀ ਲੈਵਲ, ਗਲੀ ਦੇ ਸਟਰੀਟ ਦੇ ਲੈਵਲ ਤੇ ਹੋ ਜੇ, ਇਹ ਅਸੀਂ ਆਪਦੀ ਗਲੀ ਚ ਕਿਸੇ ਨੂੰ ਖਾਣ ਨਹੀਂ ਦੇਣਾ, ਅਸੀਂ ਕਿਸੇ ਨੂੰ ਵੇਚਣ ਨਹੀਂ ਦੇਣਾ, ਇਹ ਹੋ ਸਕਦਾ। ਇੱਕ ਫਰੇਜ਼ ਮੈਂ ਪੜ੍ਹੀ ਸੀਗੀ, ਜੇ ਹਰ ਇੱਕ ਇਨਸਾਨ ਚੰਗਾ ਬਣ ਜਾਵੇ ਤਾਂ ਸਾਡਾ ਸਮਾਜ ਚੰਗਾ ਬਣ ਸਕਦਾ। ਜੇ ਮੈਂ ਚੰਗੀ ਹਾਂ, ਕੋਈ ਗੁਆਂਢੀ ਹੋਰ ਕਹਿਣ ਅਸੀਂ ਚੰਗੇ ਹਾਂ, ਜਿਹੜਾ ਮਾੜਾ ਕਰਦਾ ਉਹਦੀ ਮਿਹਨਤ ਕਰੋ, ਉਹਨੂੰ ਬਰਾਓ, ਉਹਨੂੰ ਕੋਈ ਸੁਜੈਸ਼ਨਾਂ ਦਿਓ, ਉਹਨੂੰ ਸਮਝਾਓ, ਉਹਨੂੰ ਆ ਜਿਹੜੀਆਂ ਐਡੀਆਂ ਮਾੜੀਆਂ ਘਟਨਾਵਾਂ ਹੋਈ ਜਾਂਦੀਆਂ ਉਹ ਵੇਖਣ ਦਿਓ, ਉਹ ਉਸ ਪਾਸਿਓਂ ਮੁੜੇ, ਉਹ ਸਾਡੇ ਸਮਾਜ ਬਾਰੇ ਸੋਚੇ, ਸਾਡੇ ਪੀਰ ਫਕੀਰ ਕੀ ਕੁਛ, ਉਹਨਾਂ ਨੂੰ ਕੀ ਚਿੱਤ ਪਿਆ? ਗੁਰੂ ਗ੍ਰੰਥ ਸਾਹਿਬ 'ਚ ਸਮਾਜ ਹੀ ਚਿੱਤ ਪਿਆ, ਮਾੜਾ ਅਤੇ ਚੰਗਾ। ਮਾੜੇ ਨੂੰ ਘੱਟ ਕਰੋ, ਤੁਸੀਂ ਚੰਗੇ ਵੱਲ ਜਾਓ। ਜੇ ਅਸੀਂ ਚੰਗੇ ਵੱਲ ਜਾਵਾਂਗੇ ਤਾਂ ਸਾਡਾ ਸਮਾਜ ਚੰਗਾ ਬਣ ਜੂ, ਪਰ ਜਿਹਦਾ ਮਰ ਜਾਂਦਾ ਉਹ ਰੋ ਪਿੱਟ ਕੇ ਬਹਿ ਜਾਂਦਾ। ਮੇਰਾ ਨਾਮ ਵੀਰਪਾਲ ਕੌਰ ਹੈ ਜੀ। ਇਹ ਜਿਹੜੀ ਘਟਨਾ ਵਾਪਰੀ ਹੈ ਕੀ ਕਹਿਣਾ? ਇਹ ਬਹੁਤ ਮੰਦਭਾਗੀ ਘਟਨਾ ਜੀ। ਇਹ ਇੱਕ ਬਹੁਤ ਭਿਆਨਕ ਬਿਮਾਰੀ ਹੈ, ਇੱਕ ਪੰਜਾਬ ਦੇ ਵਿੱਚ ਪੂਰਾ ਵੱਡਾ ਦੈਂਤ ਹੀ ਆ, ਜੋ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੇ ਨੌਜਵਾਨ ਹੈ, ਦਿਨੋ ਦਿਨ ਪ੍ਰਤੀ ਦਿਨ ਜਾਨਾਂ ਜਾ ਰਹੀਆਂ। ਕੋਈ ਸਰਕਾਰ ਨਹੀਂ ਕੁਛ ਕਰ ਰਹੀ, ਕੋਈ ਸਮਾਜਿਕ ਪਾਰਟੀਆਂ ਕੋਈ ਕੁਛ ਨਹੀਂ ਕਰ ਰਹੀ, ਇਹ ਦਿਨੋ ਦਿਨ ਕੰਮ ਵੱਧਦਾ ਜਾ ਰਿਹਾ ਹੈ। ਜੋ ਅੱਜ ਘਟਨਾ ਵਾਪਰੀ ਹੈ ਬਹੁਤ ਭਾਰੀ ਹੈ। ਨਿੱਕੇ ਨਿੱਕੇ ਬੱਚੇ ਆ ਜੀ ਉਹਦੇ, ਅਤੇ ਵਧੀਆ ਇਨਸਾਨ ਸੀ, ਕਬੱਡੀ ਖੇਡਦਾ ਸੀ, ਅਤੇ ਮਾੜੀ ਦਲਦਲ ਦੇ ਵਿੱਚ, ਜੋ ਇੱਕ ਬਹੁਤ ਮੰਦਭਾਗੀ ਹੈ, ਇਹ ਇਨਸਾਫ ਮਿਲਣਾ ਚਾਹੀਦਾ ਜੀ। ਹੁਣ ਇਹ ਘੱਟੋ ਘੱਟ 4 ਜਾਂ 5 ਸਾਲ ਦੀ ਸੀ, ਪਹਿਲਾਂ ਵਧੀਆ ਸੀ, ਕਬੱਡੀ ਵੀ ਖੇਡਦੇ ਸੀ, ਅਤੇ ਜੋਬ 'ਤੇ ਲੱਗਿਆ ਹੋਇਆ। ਹਾਂਜੀ ਹਾਂਜੀ, ਗੁਰਬਿੰਦਰ ਸਿੰਘ ਜੀ। ਗੁਰਬਿੰਦਰ ਜੀ, ਕੀ ਕਿਵੇਂ ਦੇਖਦੇ ਹੋ ਅੱਜ ਉਹ ਘਟਨਾ ਪਿੰਡ ਦੇ ਵਿੱਚ? ਦੇਖੋ ਜੀ, ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਸਾਡੇ ਪਿੰਡਾਂ 'ਚ ਖੋਖਰ ਦੇ ਵਿੱਚ ਘਟੀ ਹੈ ਜੀ। ਸਾਡਾ ਭਤੀਜਾ ਸੀਗਾ, ਉਹਦਾ ਨਾਮ ਗੁਰਭਜਨ ਸਿੰਘ ਜੀ, ਉਮਰ ਤਕਰੀਬਨ ਉਹਦੀ 36 ਸਾਲ ਦੀ ਹੈ, 2 ਉਹਦੇ ਛੋਟੇ ਛੋਟੇ ਬੱਚੇ ਜੀ, ਇੱਕ ਬੇਟਾ ਇੱਕ ਬੇਟੀ ਹੈ ਜੀ। ਨਸ਼ੇ ਦੀ ਭੇਟ ਚੜ ਗਿਆ ਜੀ ਉਹ। ਪੰਜਾਬ ਦੇ ਵਿੱਚ ਵੀ ਅੱਜ ਕੱਲ੍ਹ ਕੀ ਅੱਜ ਘਰ ਘਰ ਅੱਜ ਕੱਲ੍ਹ ਇਹ ਜਿਹੜਾ ਨਸ਼ਾ ਉਹ ਆਮ ਵਿਕ ਰਿਹਾ ਜੀ। ਤੋ ਇਸ ਤਰ੍ਹਾਂ ਵੀ ਅੱਜ ਸਾਡੇ ਪਿੰਡ ਦੇ ਵਿੱਚ ਵੀ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ ਹੋਈ ਹੈ ਜੀ। ਕਿੰਨੇ ਸਮੇਂ ਤੋਂ ਜਿਹੜਾ ਇਹ ਨਸ਼ੇ ਲਿਆਉਂਦੀ ਸੀ? ਹਾਂਜੀ, ਕਿੰਨੇ ਸਮੇਂ ਤੋਂ ਆਉਂਦੀ ਸੀ? ਪਹਿਲਾਂ ਜੀ ਦੇਖੋ ਜੀ, ਇਹ ਪਹਿਲਾਂ ਤਾਂ ਬਹੁਤ ਵਧੀਆ ਸਾਡੇ ਪਿੰਡ ਦਾ ਉੱਪਰ ਦਾ ਖਿਡਾਰੀ ਸੀਗਾ ਜੀ, ਬਹੁਤ ਹੀ ਵਧੀਆ ਆਮ ਟੂਰਨਾਮੈਂਟ 'ਤੇ ਜਾਂਦਾ ਸੀਗਾ ਜੀ। ਕੁਝ ਸਮੇਂ ਤੋਂ ਬਸ ਇਹ ਕੁਛ ਗਲਤ ਅੰਸਰਾਂ ਨਾਲ ਰਲ ਕੇ ਇਸ ਤਰ੍ਹਾਂ ਦੇ ਮਤਲਬ ਅਲੰਤ 'ਚ ਫਸ ਗਿਆ ਜੀ।
दलदल के निकल गया, उस तो बाद निकल नहीं सकया जी, तो बस लगातार दल से फसदा गया और कल इस तरह नशे की भेट चढ़ गई जी। साढ़े पिंड के नौजवान मेरे ख्याल घट तो घट भी 25 नौजवान होने, हो सकता ज़्यादा भी हो, क्योंकि भी चलो मैं तो भी जॉब करता करके सुबह निकल जाना शाम को आना जी, पर आम ही देखा जी भी जो देखी रहा कितने रस्ते दो चार उत्थे खड़े दो उत्ते खड़े जी, आम नशा जोड़ा ये बहुत ही ज़्यादा साढ़े पिंड काफ़ी नौजवान है जो नशा करते हैं। मंगता सरकार तो मंगते यही करते हैं जी भी ये जड़ा है नशा जी नत्त पाई जाए, जेडे आम लोग जेडे आम छोटे है बच्चे साढ़े जेडे भेट चढ़ रहे जी, नशे की भेट चढ़ रहे हैं, ठीक है जी, वो अपने मापे को सहारा देन जी, तो सरकार तो असं यही मंग करते हैं भी ये जेडे नशे मतलब रोक लाई जाए जी, तो वो तो वह जे दूसरी नाल ही बेनती करते भी परिवार बहुत ही छोटा जहा परिवार है, यदि कोई ना कोई हो सके तो कोई सहायता भी की जाए।